ਨਮਸਕਾਰ ਤੇ ਸਤਿ ਸ੍ਰੀ ਅਕਾਲ ਵੀਰੋ, ਜਿੱਦਾਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਦੀ ਨਵੀਂ ਅਪਡੇਟ ਆ ਚੁੱਕੀ ਹੈ। ਸਿੱਧੂ ਮੂਸੇਵਾਲਾ ਪੇਸ਼ੀ ਦੇ ਦੌਰਾਨ ਗਿਆ ਤੇ ਉਹਦੇ ਸਪੋਰਟਰਾਂ ਨੇ ਤੇ ਪੱਤਰਕਾਰਾਂ ਨੇ ਉਹਨਾਂ ਨੂੰ ਘੇਰ ਲਿਆ, ਉਧਰੋਂ ਪੁਲਿਸ ਦੇ ਨਾਲ ਝੜਪ ਹੋ ਗਈ। ਇਹ ਅਫੀਸ਼ੀਅਲ ਵੀਡੀਓ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਤੇ ਸਿੱਧੂ ਮੂਸੇਵਾਲੇ ਦੇ ਖਿਲਾਫ ਤੁਹਾਨੂੰ ਦੱਸੀਏ ਵੀ ਕੇਸ ਕਰ ਦਿੱਤਾ ਗਿਆ ਹੈ। ਹਰਿਆਣੇ ਦੇ ਯਮੁਨਾ ਨਗਰ ਇਲਾਕੇ ਦੇ ਇੱਕ ਬੰਦੇ ਨੇ ਕੇਸ ਕੀਤਾ ਹੈ ਵੀ ਸਿੱਧੂ ਮੂਸੇਵਾਲਾ ਹਮੇਸ਼ਾ ਖੜਕੇ ਦੜਕੇ ਵਾਲੇ ਅਤੇ ਰਿਵੋਲਵਰਾਂ ਵਾਲੇ ਬਦਮਾਸ਼ੀ ਵਾਲੇ ਗਾਣੇ ਕਰਦਾ ਹੈ, ਇਸ ਕਰਕੇ ਉਹਨਾਂ ਉੱਤੇ ਕੇਸ ਕਰ ਦਿੱਤਾ ਗਿਆ ਅਤੇ ਕੱਲ੍ਹ ਉਹਨਾਂ ਨੇ ਪੇਸ਼ੀ ਦੌਰਾਨ ਗਏ ਨੇ। ਅਤੇ ਅੱਜ ਸਿੱਧੂ ਮੂਸੇਵਾਲੇ ਦਾ ਲੁਧਿਆਣੇ 'ਚ ਸ਼ੋਅ ਵੀ ਹੈਗਾ, ਦੇਖੋ ਇਹ ਸ਼ੋਅ ਕਿੱਦਾਂ ਹੋ ਪਾਉਂਦਾ। ਪਰ ਸਿੱਧੂ ਮੂਸੇਵਾਲੇ ਦੀ ਝੜਪ ਹੋਈ ਹੈ ਪੁਲਿਸ ਦੇ ਨਾਲ, ਜਿਹੜੀ ਆਪਾਂ ਅਫੀਸ਼ੀਅਲ ਵੀਡੀਓ ਤੁਹਾਨੂੰ ਲੈ ਕੇ ਆ ਗਏ ਹਾਂ ਅਤੇ ਅੱਜ ਸ਼ੋਅ ਹੈ ਸਿੱਧੂ ਮੂਸੇਵਾਲੇ ਦਾ ਦੌਰ ਸਟੇਡੀਅਮ 'ਚ। ਬਾਕੀ ਜੇ ਕੋਈ ਹੋਰ ਵੀ ਨਵੀਂ ਅਪਡੇਟ ਆਉਂਦੀ ਹੈ ਇਸ ਬਾਰੇ 'ਚ ਜਾਂ ਉਹਦੇ ਸ਼ੋਅ ਬਾਰੇ 'ਚ ਤੇ ਆਪਾਂ ਜ਼ਰੂਰ ਲੈ ਕੇ ਆਵਾਂਗੇ। ਜੇ ਸਾਡੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਕਰਕੇ ਚੈਨਲ ਪ੍ਰੈਸ ਬੈਲ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਮਿਲਾਂਗੇ ਨਵੀਂ ਵੀਡੀਓ, ਤਦ ਤੱਕ ਲਈ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਵੀਰੋ।